ਚਾਵਲ ਦੀ ਸਟੋਰੇਜ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਨਾਲ ਮੁਲਾਕਾਤ ਕੀਤੀ ਔਰ ਅਪੀਲ ਕੀਤੀ। ਮੇਰੇ ਨਾਲ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ। ਪਿਛਲੇ ਦਿਨਾਂ 'ਚ ਤੁਸੀਂ ਪ੍ਰਹਲਾਦ ਜੋਸ਼ੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਸੈਂਟਰ ਦੇ ਵਜ਼ੀਰ ਦੇ ਨਾਲ, ਔਰ ਕੀ ਜ਼ਿਆਦਾ ਚਾਵਲ ਆ ਗਏ ਨੇ, ਸਟੋਰੇਜ ਦੀ ਕਮੀ ਹੈ, ਕੀ ਕੁਛ ਦਿੱਕਤ ਜਿਹੜੀ ਉਹ ਸਾਹਮਣੇ ਆ ਰਹੀ ਔਰ ਕੇਂਦਰ ਸਰਕਾਰ ਨੂੰ ਤੁਸੀਂ ਕੀ ਮੰਗ ਕੀਤੀ? ਬੇਸਿਕਲੀ ਪੰਜਾਬ ਦੇ ਅੰਦਰ ਪਿਛਲੇ ਸਮੇਂ ਤੋਂ ਕੁਝ ਸੈਕਸ਼ਨ ਵੱਲੋਂ ਚਿੰਤਾ ਪ੍ਰਗਟਾਈ ਜਾ ਰਹੀ ਸੀਗੀ ਕਿ ਪੰਜਾਬ ਦੇ ਅੰਦਰ ਪੈਡੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ, ਝੋਨੇ ਦਾ 1 ਅਕਤੂਬਰ ਤੋਂ ਮੰਡੀਆਂ 'ਚ ਝੋਨਾ ਆਉਣੇ ਸ਼ੁਰੂ ਹੋ ਜਾਣਾ, ਅਤੇ ਪੰਜਾਬ ਦੇ ਅੰਦਰ ਜਿਹੜਾ ਪੁਰਾਣਾ ਸਟਾਕ ਹੈ ਉਹ ਜਿਉਂ ਦਾ ਤਿਉਂ ਪਿਆ ਜਾਂ ਮਤਲਬ ਸਪੇਸ ਘੱਟ ਹੈ, ਅਤੇ ਸਾਡਾ ਸੀਜ਼ਨ ਜਿਹੜਾ ਆ ਕਿਸੇ ਨਾ ਕਿਸੇ ਰੂਪ 'ਚ ਪ੍ਰਭਾਵਿਤ ਹੋਏਗਾ, ਅਤੇ ਖਾਸ ਕਰਕੇ ਪੰਜਾਬ ਦੇ ਮਿਲਰਸ ਵੱਲੋਂ ਇਹ ਚਿੰਤਾ ਪ੍ਰਗਟ ਕੀਤੀ ਗਈ ਸੀਗੀ। ਸੋ ਉਹਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ ਦੇ ਤਹਿਤ ਮੈਂ 28 ਅਗਸਤ ਨੂੰ ਸਾਡੇ ਯੂਨੀਅਨ ਮਿਨਿਸਟਰ ਮਾਨਯੋਗ ਪ੍ਰਹਲਾਦ ਜੋਸ਼ੀ ਦੇ ਨਾਲ ਮੈਂ ਮੁਲਾਕਾਤ ਕੀਤੀ, ਅਤੇ 2 ਇਸ਼ੂ ਅਸੀਂ ਉਹਨਾਂ ਦੇ ਅੱਗੇ ਰੱਖੇ ਸੀਗੇ, ਓਨਲੀ 2 ਇਸ਼ੂ। ਵੀ ਇੱਕ ਤਾਂ ਪੰਜਾਬ ਦੇ ਅੰਦਰ ਜਿਹੜੀ ਸਟਾਕ ਪੁਰਾਣਾ ਪਿਆ ਇਹਨੂੰ ਚੱਕਿਆ ਜਾਵੇ ਪੰਜਾਬ 'ਚੋਂ, ਅਤੇ ਦੂਸਰਾ ਜਿਹੜਾ SBI ਸਾਨੂੰ 1% ਵਾਧੂ ਚਾਰਜ ਸਾਡੇ ਤੋਂ ਲੈਂਦੀ ਹੈ, ਉਹ ਮਤਲਬ ਜਿਹੜਾ ਪੰਜਾਬ ਉਹ ਸਭ ਪੰਜਾਬ ਨਾਲ ਧੱਕਾ, ਸਾਨੂੰ 1 ਕਰੋੜ ਰੁਪਏ ਦਾ ਲੋਸ ਹੁੰਦਾ। ਸੋ ਇਹ 2 ਸਵਾਲ ਉਹਨਾਂ ਦੇ ਅੱਗੇ ਅਸੀਂ ਰੱਖੇ ਸੀਗੇ, ਔਰ ਬੜੇ ਹੰਬਲ ਤਰੀਕੇ ਦੇ ਨਾਲ ਉਹਨਾਂ ਨੇ ਸਾਡੀ ਗੱਲਬਾਤ ਸੁਣੀ, ਐਗਜ਼ਾਮਿਨ ਕੀਤਾ ਸਾਡੀ ਗੱਲ ਨੂੰ। ਤੇ ਦੂਸਰਾ ਜੇ ਗੈਰ ਕਲੋਨੀ ਕੱਟੀਆਂ ਨੂੰ ਲੈ ਕੇ, ਗੈਰ ਕਲੋਨੀਆਂ ਨੂੰ ਲੈ ਕੇ ਅੱਜ ਮਤਾ ਲਿਆਂਦਾ ਗਿਆ, ਕਿੰਨੀ ਸਜ਼ਾ ਹੋਏਗੀ ਔਰ ਕੀ ਕੁਛ ਪ੍ਰਵਾਨ ਜਿਹੜਾ ਵਾ ਉਹ? ਨਹੀਂ, ਮੈਂ ਪਹਿਲੀ ਗੱਲ ਥੋੜ੍ਹੀ ਜਿਹੀ ਕਲੀਅਰ ਕਰਦਿਆਂ ਕਿ ਸਪੇਸ ਨੂੰ ਲੈ ਕੇ ਜਿਹੜੀ ਸਾਡੀਆਂ ਚਿੰਤਾਵਾਂ ਸੀਗੀਆਂ, ਸੋ ਨੈਕਸਟ ਡੇ ਉਹਨਾਂ ਨੇ ਇੱਕ ਚਿੱਠੀ ਕੱਢੀ ਹੈ ਕੇਂਦਰੀ ਮੰਤਰਾਲੇ ਵੱਲੋਂ ਕਿ ਆਉਣ ਵਾਲੇ ਦਿਨਾਂ 'ਚ 23 ਲੱਖ ਮੀਟਰਿਕ ਟਨ ਜਿਹੜਾ ਉਹ ਅਸੀਂ ਪੰਜਾਬ ਦੇ ਵਿੱਚੋਂ ਜਿਹੜਾ ਉਹ ਅਨਾਜ ਨੂੰ ਸ਼ਿਫਟ ਕਰਾਂਗੇ, ਬਾਹਰਲੇ ਸੂਬਿਆਂ ਦੇ ਅੰਦਰ ਖੁੱਲ੍ਹੀ ਮਾਰਕੀਟ 'ਚ ਵੇਚਾਂਗੇ ਉਹਨੂੰ, ਅਤੇ 2 ਲੱਖ ਮੀਟਰਿਕ ਟਨ ਮਲੇਸ਼ੀਆ ਨੂੰ ਐਕਸਪੋਰਟ ਕੀਤਾ ਜਾਊਗਾ। ਸੋ 25 ਲੱਖ ਮੀਟਰਿਕ ਟਨ ਆਉਣ ਦੇ ਨਾਲ ਪੰਜਾਬ ਦੇ ਅੰਦਰ ਜਿਹੜੀ ਸਪੇਸ ਜਿਹੜੀ ਮਤਲਬ ਚਿੰਤਾ ਸੀਗੀ ਉਹ ਪੂਰੀ ਮਤਲਬ ਜਿਹੜੀ ਆ ਉਹ ਦੂਰ ਕੀਤੀ ਆ। ਸੋ ਅਸੀਂ ਮਿਲਰਸ ਨੂੰ ਵੀ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਹੋਰ ਵੀ ਇਹ ਇਕੱਲਾ ਕੋਈ ਇਸ ਪੜਾਅ ਤੱਕ ਨਹੀਂ ਰਹਿਣਾ, ਆਉਣ ਵਾਲੇ ਦਿਨਾਂ 'ਚ ਹੋਰ ਅਸੀਂ ਸਪੇਸ ਖਾਲੀ ਕਰਾਉਣ ਦਾ ਪੂਰਾ ਯਤਨ ਕਰਾਂਗੇ। ਅਤੇ ਜਿੱਥੋਂ ਤੱਕ ਅੱਜ ਪੰਜਾਬ ਦੇ ਅੰਦਰ ਜਿਹੜਾ NOC ਨੂੰ ਲੈ ਕੇ ਕਿਸੇ ਲੰਬੇ ਸਮੇਂ ਤੋਂ ਇੱਕ ਬੜਾ ਵਿਵਾਦ ਰਿਹਾ, ਤਾਂ ਨਸੂਰ ਬਣਿਆ ਹੋਇਆ ਸੀਗਾ NOC, ਔਰ ਉਹਨਾਂ ਲੱਖਾਂ ਲੋਕਾਂ ਨੂੰ ਅੱਜ ਬਹੁਤ ਵੱਡੀ ਰਾਹਤ ਮਿਲੀ ਆ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਤਿਹਾਸਕ ਰੈਜੂਲੇਸ਼ਨ ਅੱਜ ਅਸੈਂਬਲੀ 'ਚ ਲਿਆ ਕੇ ਪਾਸ ਕਰਾਇਆ, ਔਰ ਇਸ ਮਤਲਬ ਜਿਹੜਾ ਰੈਜੂਲੇਸ਼ਨ ਆਇਆ ਨਾ ਡੇ ਸਿੰਗਲ ਸਰਕਾਰੀ ਧਿਰ ਵੱਲੋਂ ਬਲਕਿ ਵਿਰੋਧੀ ਧਿਰ ਵੱਲੋਂ ਵੀ ਇਹਦੀ ਪ੍ਰਸ਼ੰਸਾ ਕੀਤੀ ਗਈ ਹੈ, ਔਰ ਸਰਵਸੰਮਤੀ ਦੇ ਨਾਲ ਇਹ ਮਤਾ ਪੰਜਾਬ ਦੀ ਅਸੈਂਬਲੀ ਨੇ ਪਾਸ ਕੀਤਾ। ਸੋ ਇਹਦੇ ਅੰਦਰ ਆਉਣ ਵਾਲੇ ਸਮੇਂ 'ਚ ਗੈਰ ਕਾਨੂੰਨੀ ਕਲੋਨੀਆਂ ਕੱਟਣ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਸੋ ਉਹਨਾਂ ਲੱਖਾਂ ਲੋਕਾਂ ਨੂੰ ਬਹੁਤ ਵੱਡੀ ਰਾਹਤ ਆ ਜਿਨ੍ਹਾਂ ਨੇ ਬਾਜਵਾ ਅਤੇ CM ਦੇ ਵਿਚਾਲੇ ਇੱਕ ਵਾਰ ਫਿਰ ਤਲਖੀ ਦੇਖਣ ਨੂੰ ਮਿਲੀ, ਕਾਫੀ ਵਾਦ ਵਿਵਾਦ ਹੋਇਆ, ਮੰਤਰੀਆਂ ਨੂੰ ਵਿਚਾਉਣਾ ਪਿਆ। ਮੈਂ ਸਮਝਦਾ ਵੀ ਕੁਝ ਲੋਕਾਂ ਨੂੰ ਇੱਕ ਬੁਖਾਰ ਹੈ, ਉਹ ਹਮੇਸ਼ਾ ਇਸ ਘੁਮੰਡ 'ਚ ਰਹਿੰਦੇ ਆ ਵੀ ਵਿਧਵਤਾ ਉਹਨਾਂ ਦੇ ਕੋਲ ਹੈ, ਸ਼ਾਇਦ ਉਹ ਸਿਆਣਪ ਲੈ ਕੇ ਜੰਮੇ ਆ ਅਤੇ ਸਿਆਣਪੁਣਾਂ ਤੋਂ ਵੱਧ ਕਿਸੇ ਕੋਲ ਹਨ ਨਹੀਂ। ਇਹ ਮੈਂ ਡਿਊ ਰਿਸਪੈਕਟ ਲਗਾਉਣੀ ਚਾਹੁੰਦਾ। ਸੋ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਜਿੰਨਾ ਦ੍ਰਿੜਤਾ ਦੇ ਨਾਲ ਇਹ ਫੈਸਲੇ ਲੈਣੇ ਸੱਚਮੁੱਚ ਬੜੇ ਔਖੇ ਆ, ਜਿੰਨੀ ਦ੍ਰਿੜਤਾ ਦੇ ਨਾਲ ਜਿੰਨਾ ਹੰਬਲ ਢੰਗ ਦੇ ਨਾਲ ਉਹਨਾਂ ਨੇ ਸਾਰੀ ਇਸ ਗੱਲ ਨੂੰ ਅਸੈਂਬਲੀ ਅੰਦਰ ਰੱਖਿਆ ਹੋਇਆ। ਸੋ ਸੱਚ ਕਈ ਵਾਰੀ ਕੌੜਾ ਹੁੰਦਾ, ਫਿਰ ਉਹਨੂੰ ਪਹੁੰਚਾਉਣਾ ਸਾਰਿਆਂ ਦੇ ਵਾਸੀ ਗੱਲ ਨਹੀਂ।
ਸੋ ਬੜਾ ਡੈਮੋਕ੍ਰੇਟਿਕ ਢੰਗ ਦੇ ਨਾਲ ਬੜਾ ਹੰਬਲ ਢੰਗ ਨਾਲ ਗੱਲਬਾਤ ਰੱਖੀ ਹੈ ਔਰ ਅਸੈਂਬਲੀ ਨੇ ਸਰਬਸੰਮਤੀ ਨਾਲ ਪਾਸ ਕੀਤਾ। ਲੇਕਿਨ ਬਾਜਵਾ ਹੋਰਾਂ ਨਾਲ ਕਾਫੀ ਤਲਖੀ ਹੋਈ, ਇਹ ਤਾਂ ਹੁੰਦੀਆਂ ਰਹਿੰਦੀਆਂ ਨੇ ਤੇ ਸਿਆਸੀ ਫੀਲਡ ਦੇ ਅੰਦਰ ਇੱਕ ਦੂਜੇ ਨਾਲ ਗੱਲਾਂ ਚੱਲਦੀਆਂ ਰਹਿੰਦੀਆਂ, ਪਰ ਫੈਸਲਾ ਪੰਜਾਬ ਦੇ ਮੈਂ ਲੱਖਾਂ ਲੋਕਾਂ ਦੀ ਜਾਨ ਪਾਉਣ ਵਾਲਾ ਫੈਸਲਾ। ਚਲੋ ਬਹੁਤ ਬਹੁਤ ਧੰਨਵਾਦ ਕੈਮਰਾਮੈਨ ਜਿੰਦਰ ਦੇ ਨਾਲ, ਪੰਕਜ ਪਾਈ, ਨਿਊਜ਼ 18 ਵਿਧਾਨ ਸਭਾ।